ਅਮਰੀਕਾ ਦੇ ਵੀ ਉੱਤਰ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ ਜਿਸਦਾ ਨਾਮ ਹੈ ਅਲਾਸਕਾ। ਇਸ ਸਟੇਟ ਦੀ ਕਹਾਣੀ ਵੀ ਵੱਖਰੀ ਹੀ ਹੈ। ਕੀ ਤੁਸੀਂ ਕਦੇ ਅਜਿਹੇ ਸ਼ਹਿਰ ਬਾਰੇ ਸੁਣਿਆ ਜੋ ਸਿਰਫ ਇੱਕ ਇਮਾਰਤ ਦੇ ਵਿੱਚ ਵਸਿਆ ਹੋਵੇ? ਪੁਲਿਸ ਸਟੇਸ਼ਨ, ਡਾਕਖਾਨਾ, ਹਸਪਤਾਲ ਅਤੇ ਸਕੂਲ, ਸਭ ਕੁਝ ਇੱਕੋ ਹੀ ਇਮਾਰਤ ਦੇ ਵਿੱਚ ਹੋਵੇ। ਸੁਣਨ ਦੇ ਵਿੱਚ ਇਹ ਗੱਲ ਭਾਵੇਂ ਬਹੁਤ ਹੈਰਾਨੀਜਨਕ ਲੱਗਦੀ ਹੈ, ਪਰ ਉੱਤਰੀ ਅਮਰੀਕਾ ਦੇ ਵਿੱਚ ਪੈਂਦੇ ਸਟੇਟ ਅਲਾਸਕਾ ਦੇ ਵਿੱਚ ਇੱਕ ਅਜਿਹਾ ਹੀ ਸ਼ਹਿਰ ਮੌਜੂਦ ਹੈ ਜੋ ਸਿਰਫ ਇੱਕ ਇਮਾਰਤ ਦੇ ਵਿੱਚ ਵਸਿਆ ਹੋਇਆ ਹੈ। ਬਰਫੀਲੇ ਇਲਾਕੇ ਦੇ ਵਿੱਚ ਵਸੇ ਇਸ ਅਨੋਖੇ ਸ਼ਹਿਰ ਦੀ ਕਹਾਣੀ ਵੀ ਦਿਲਚਸਪ ਹੈ। ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਅਨੋਖੇ ਸ਼ਹਿਰ ਦਾ ਨਾਮ ਕੀ ਹੈ ਅਤੇ ਕੀ ਹੈ ਇਸਦਾ ਇਤਿਹਾਸ। ਉੱਤਰੀ ਅਮਰੀਕਾ ਦੇ ਵੀ ਉੱਤਰ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ ਜਿਸਦਾ ਨਾਮ ਹੈ ਅਲਾਸਕਾ। ਇਸ ਸਟੇਟ ਦੀ ਕਹਾਣੀ ਵੀ ਵੱਖਰੀ ਹੀ ਹੈ। ਕਰੀਬ 17 ਲੱਖ ਵਰਗ ਕਿਲੋਮੀਟਰ ਦਾ ਇਹ ਇਲਾਕਾ ਜ਼ਿਆਦਾਤਰ ਬਰਫ਼ ਦੇ ਨਾਲ ਢੱਕਿਆ ਰਹਿੰਦਾ, ਪਰ ਇਸ ਨੂੰ ਵੱਖਰਾ ਬਣਾਉਣ ਵਾਲੀ ਗੱਲ ਇਹ ਨਹੀਂ ਹੈ। ਇਸ ਨੂੰ ਵੱਖਰਾ ਬਣਾਉਣ ਵਾਲੀ ਗੱਲ ਇਹ ਹੈ ਕਿ ਇਸ ਇਲਾਕੇ ਨੂੰ ਸੰਨ 1867 ਦੇ ਵਿੱਚ USA ਨੇ ਸੋਵੀਅਤ ਸੰਘ ਤੋਂ ਖਰੀਦ ਲਿਆ ਸੀ। ਉਹ ਵੀ ਸਮੇਂ ਦੇ ਹਿਸਾਬ ਦੇ ਨਾਲ $72 ਲੱਖ ਦੇ ਬਰਾਬਰ ਕੀਮਤ ਦੇ ਸੋਨੇ ਬਦਲੇ। ਅੱਜ ਦੇ ਹਿਸਾਬ ਦੇ ਨਾਲ ਇਸ ਨੂੰ ਜੇਕਰ ਰੁਪਈਆ ਦੇ ਵਿੱਚ ਬਦਲੀਏ ਤਾਂ ਇਹ ਰਕਮ ਬਹੁਤ ਜ਼ਿਆਦਾ ਹੋਵੇਗੀ। ਸੰਨ 1872 ਦੇ ਵਿੱਚ ਇੱਥੇ ਸੋਨਾ ਵੀ ਖੋਜ ਲਿਆ ਗਿਆ ਅਤੇ ਫਿਰ 1888 ਤੱਕ ਕਰੀਬ 60,000 ਲੋਕ ਸੋਨੇ ਦੀ ਖੋਜ ਦੇ ਵਿੱਚ ਅਲਾਸਕਾ ਜਾ ਪਹੁੰਚੇ। ਬਾਅਦ ਦੇ ਵਿੱਚ ਹੋਰ ਵੀ ਲੋਕ ਇੱਥੇ ਆਉਂਦੇ ਰਹੇ। ਅਮਰੀਕਾ ਨੇ ਫੌਜੀ ਬੇਸ ਵੀ ਇੱਥੇ ਬਣਾ ਲਏ, ਪਰ ਇਸ ਜਗ੍ਹਾ ਦੇ ਵਿੱਚ ਇਹ ਸਭ ਵੀ ਇੰਨਾ ਖਾਸ ਨਹੀਂ ਹੈ ਜਿੰਨਾ ਕਿ ਇੱਥੇ ਮੌਜੂਦ ਇੱਕ ਅਨੋਖਾ ਸ਼ਹਿਰ ਹੈ ਜਿੱਥੇ ਕਦੇ ਸੋਨਾ ਖੋਜਣ ਵਾਲੇ ਲੋਕ ਆਪਣਾ ਟਿਕਾਣਾ ਬਣਾਇਆ ਕਰਦੇ ਸੀ। ਹੁਣ ਇਸ ਨੂੰ ਸ਼ਹਿਰ ਕਹੀਏ, ਕਸਬਾ ਕਹੀਏ ਜਾਂ ਫਿਰ ਕੁਝ ਹੋਰ, ਇਹ ਸਮਝਣਾ ਥੋੜ੍ਹਾ ਮੁਸ਼ਕਲ ਕੰਮ ਹੈ ਕਿਉਂਕਿ ਛੋਟੇ ਸ਼ਹਿਰ ਦਾ ਨਾਮ ਸੁਣ ਕੇ ਸਾਰਿਆਂ ਦੇ ਦਿਮਾਗ ਦੇ ਵਿੱਚ ਇਹੀ ਆਉਂਦਾ ਹੋਵੇਗਾ ਜਿਵੇਂ ਦੂਜੇ ਛੋਟੇ ਸ਼ਹਿਰ ਹੁੰਦੇ ਨੇ ਉਵੇਂ ਹੀ ਇਹ ਵੀ ਹੋਵੇਗਾ, ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਇਹ ਸਾਡੀ ਇਸ ਕਲਪਨਾ ਤੋਂ ਪਰੇ ਹੈ। ਇਸ ਸ਼ਹਿਰ ਦੀ ਖਾਸੀਅਤ ਇਹ ਹੈ ਕਿ ਇਹ ਇੱਕ ਇਮਾਰਤ ਦਾ ਸ਼ਹਿਰ ਹੈ, ਜਾਂ ਇਹ ਕਹਿ ਲਈਏ ਕਿ ਇਸ ਸ਼ਹਿਰ ਦੇ ਵਿੱਚ ਰਹਿਣ ਵਾਲੇ ਸਾਰੇ ਲੋਕ ਇੱਕ ਹੀ ਇਮਾਰਤ ਦੇ ਵਿੱਚ ਰਹਿੰਦੇ ਨੇ। ਇਸ ਸ਼ਹਿਰ ਦਾ ਵਿਟਰ ਹੈ ਜੋ ਅਮਰੀਕੀ ਕਵੀ ਜੌਨ ਗ੍ਰੀਨ ਲੀਫ ਵਿਟਰ ਦੇ ਨਾਮ ਉੱਤੇ ਰੱਖਿਆ ਗਿਆ ਸੀ। ਇਹੀ ਨਾਮ ਬਾਅਦ ਦੇ ਵਿੱਚ ਇਸ ਸ਼ਹਿਰ ਨੇ ਲੈ ਲਿਆ। ਇੱਕ ਅਜਿਹੀ ਜਗ੍ਹਾ ਜੋ ਚਾਰੇ ਪਾਸੇ ਤੋਂ ਪਹਾੜਾਂ ਦੇ ਨਾਲ ਘਿਰੀ ਹੋਈ ਹੈ, ਬਰਫ਼ ਦੇ ਨਾਲ ਢੱਕੀ ਹੋਈ ਹੈ। 14 ਮੰਜ਼ਿਲਾ ਇਕਲੌਤੀ ਇਮਾਰਤ ਵਾਲਾ ਸ਼ਹਿਰ, ਇਸ ਇਮਾਰਤ ਦਾ ਨਾਮ ਬੇਗਿਜ ਟਾਵਰ ਹੈ। ਇੱਥੇ ਹੀ ਇਸ ਸ਼ਹਿਰ ਦੇ ਕਰੀਬ 200 ਨਿਵਾਸੀ ਰਹਿੰਦੇ ਨੇ। ਦਰਅਸਲ ਇੱਥੇ 96 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸਰਦ ਹਵਾਵਾਂ ਚੱਲਦੀਆਂ ਰਹਿੰਦੀਆਂ ਨੇ। ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਇੰਨੀ ਤੇਜ਼ ਅਤੇ ਸਰਦ ਹਵਾ ਦੇ ਵਿੱਚ ਕੌਣ ਹਿੰਮਤ ਕਰੇਗਾ ਵੱਖ ਵੱਖ ਥਾਵਾਂ ਉੱਤੇ ਜਾਣ ਦੀ। ਇਸ ਕਰਕੇ ਇੱਥੇ ਲੋਕਾਂ ਨੇ ਮਿਲ ਕੇ ਤੋੜ ਕੱਢਿਆ ਕਿ ਇੱਕ ਹੀ ਇਮਾਰਤ ਸਾਰਾ ਮਾਮਲਾ ਫਿੱਟ ਕਰ ਸਕਦਾ। ਇਸ ਇਮਾਰਤ ਦੇ ਅੰਦਰ ਹੀ ਛੋਟਾ ਜਿਹਾ ਬਾਜ਼ਾਰ ਹੈ, ਇੱਕ ਛੋਟਾ ਜਿਹਾ ਕਲੀਨਿਕ, ਹੋਰ ਤਾਂ ਹੋਰ ਇਮਾਰਤ ਦੇ ਅੰਦਰ ਹੀ ਡਾਕਖਾਨਾ
ਅਤੇ ਪੁਲਿਸ ਸਟੇਸ਼ਨ ਵੀ ਬਣਾਏ ਗਏ ਨੇ। ਯਾਨੀ ਜੇਕਰ ਰਿਪੋਰਟ ਲਿਖਵਾਉਣੀ ਹੋਵੇ ਜਾਂ ਚਿੱਠੀ ਪੱਤਰ ਭੇਜਣਾ ਹੋਵੇ, ਸਾਰਾ ਇੰਤਜ਼ਾਮ ਇਸੇ ਇਮਾਰਤ ਦੇ ਵਿੱਚ ਹੀ ਕੀਤਾ ਹੋਇਆ। ਇਸ ਤੋਂ ਇਲਾਵਾ ਇਮਾਰਤ ਦੇ ਬੇਸਮੈਂਟ ਦੇ ਵਿੱਚ ਇੱਕ ਚਰਚ ਵੀ ਬਣਾਇਆ ਗਿਆ ਹੈ। ਇੱਥੋਂ ਦੇ 200 ਨਿਵਾਸੀਆਂ ਦੇ 200 ਵੱਖ ਵੱਖ ਕਾਰਨ ਨੇ ਜੋ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆ ਗਏ। ਕੁਝ ਦਾ ਕਹਿਣਾ ਕਿ ਉਹ ਲੋਕਾਂ ਦੇ ਜ਼ਿਆਦਾ ਨੇੜੇ ਆਉਣ ਦੇ ਲਈ ਇੱਥੇ ਆ ਕੇ ਵਸੇ। ਕੁਝ ਕਹਿੰਦੇ ਨੇ ਕਿ ਦੁਨੀਆ ਤੋਂ ਦੂਰ ਰਹਿਣ ਦੇ ਲਈ ਉਹਨਾਂ ਨੇ ਇਸ ਜਗ੍ਹਾ ਨੂੰ ਚੁਣਿਆ। ਉਂਝ ਇੱਕ ਗੱਲ ਜ਼ਰੂਰ ਹੈ ਕਿ ਭਲੇ ਹੀ ਇਹ ਲੋਕ ਇੱਥੇ ਆਰਾਮ ਦੇ ਨਾਲ ਰਹਿ ਰਹੇ ਹੋਣ, ਪਰ ਇੱਥੇ ਪਹੁੰਚਣਾ ਆਰਾਮ ਦਾ ਕੰਮ ਨਹੀਂ ਹੈ। ਇੱਕ ਜਾਣਕਾਰੀ ਮੁਤਾਬਕ ਇੱਥੇ ਆਉਣ ਦੇ ਲਈ ਬੇਹੱਦ ਔਖਿਆਈ ਭਰੇ ਰਸਤਿਆਂ ਦੇ ਵਿੱਚੋਂ ਗੁਜ਼ਰ ਕੇ ਆਉਣਾ ਪੈਂਦਾ ਅਤੇ ਰਾਤ ਦੇ ਸਮੇਂ ਇੱਥੇ ਪਹੁੰਚਣ ਦੀ ਸੁਰੰਗ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਜੋ ਰਾਤ ਸਮੇਂ ਕੋਈ ਇਸ ਸ਼ਹਿਰ ਵੱਲ ਨਾ ਆ ਸਕੇ। ਭਾਵੇਂ ਕਿ ਵੱਡੇ ਹਸਪਤਾਲਾਂ ਦੀ ਸਹੂਲਤ ਤਾਂ ਇੱਥੇ ਮੌਜੂਦ ਨਹੀਂ ਹੈ, ਪਰ ਛੋਟੇ ਕਲੀਨਿਕ ਦੇ ਵਿੱਚ ਛੋਟੀਆਂ ਮੋਟੀਆਂ ਸਮੱਸਿਆਵਾਂ ਦੇ ਨਾਲ ਤਾਂ ਆਸਾਨੀ ਦੇ ਨਾਲ ਨਿਪਟਿਆ ਜਾ ਸਕਦਾ। ਉਂਝ ਰੋਜ਼ਾਨਾ ਹੋਰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਆਰਾਮ ਦੇ ਨਾਲ ਮਿਲ ਜਾਂਦੀਆਂ ਨੇ। ਅਮਰੀਕਾ ਰਾਜਧਾਨੀ ਤੋਂ 2300 ਕਿਲੋਮੀਟਰ ਦੂਰ ਇਸ ਬਰਫੀਲੇ ਇਲਾਕੇ ਦੇ ਟਾਊਨ ਦੇ ਵਿੱਚ ਇੰਨੀਆਂ ਸਹੂਲਤਾਂ ਮਿਲਣੀਆਂ ਕਾਫ਼ੀ ਵੱਡੀ ਗੱਲ ਮੰਨੀ ਜਾ ਸਕਦੀ ਹੈ। ਦਰਅਸਲ ਦੂਜੇ ਵਿਸ਼ਵ ਯੁੱਧ ਵੇਲੇ ਅਮਰੀਕੀ ਫੌਜ ਨੇ ਇੱਥੇ ਇੱਕ ਮਿਲਟਰੀ ਬੇਸ ਬਣਾਇਆ ਸੀ, ਜਿਸ ਦੇ ਵਿੱਚ ਇੱਕ ਬੰਦਰਗਾਹ ਅਤੇ ਰੇਲ ਰੋਡ ਵੀ ਸ਼ਾਮਲ ਸੀ। ਇਸ ਨੂੰ ਕੈਂਪ ਸੁਲੀਵਨ ਦਾ ਨਾਮ ਦਿੱਤਾ ਗਿਆ ਸੀ, ਜਿੱਥੇ ਅਲਾਸਕਾ ਰੇਲ ਰੋਡ ਸਾਲ 1943 ਦੇ ਵਿੱਚ ਬਣ ਕੇ ਤਿਆਰ ਹੋਇਆ। ਇੱਥੋਂ ਦੀ ਬੰਦਰਗਾਹ ਅਮਰੀਕੀ ਫੌਜੀਆਂ ਦੇ ਲਈ ਅਲਾਸਕਾ ਆਉਣ ਜਾਣ ਦਾ ਰਸਤਾ ਬਣਿਆ। ਉਸ ਸਮੇਂ ਇੱਥੇ ਦੋ ਵੱਡੀਆਂ ਇਮਾਰਤਾਂ ਬਣਾਈਆਂ ਗਈਆਂ ਸੀ। ਇੱਕ ਸੀ ਹੋਗ ਬਿਲਡਿੰਗ, ਜਿਸਦਾ ਨਾਮ ਬਦਲ ਕੇ ਬੇਗਿਜ ਟਾਵਰ ਰੱਖ ਦਿੱਤਾ ਗਿਆ, ਅਤੇ ਦੂਜੀ ਇਮਾਰਤ ਇੱਕ ਸਕੂਲ ਦੀ ਸੀ, ਜਿਸ ਨੂੰ ਮੇਨ ਟਾਵਰ ਤੋਂ ਇੱਕ ਸੁਰੰਗ ਜ਼ਰੀਏ ਜੋੜਿਆ ਗਿਆ ਸੀ। ਉਦੋਂ ਇੱਥੇ ਸਿਵਲ ਸਰਵੈਂਟ ਅਤੇ ਉਹਨਾਂ ਦੇ ਪਰਿਵਾਰ ਰੁਕਿਆ ਕਰਦੇ ਸੀ। ਇੱਕ ਹੋਰ ਇਮਾਰਤ ਸੀ ਜਿਸਦਾ ਨਾਮ ਬਨਕਰ ਬਿਲਡਿੰਗ ਸੀ, ਪਰ ਸਮੇਂ ਦੇ ਨਾਲ ਉਸ ਨੂੰ ਖਾਲੀ ਛੱਡ ਦਿੱਤਾ ਗਿਆ ਸੀ। ਇਸ ਛੋਟੇ ਜਿਹੇ ਸ਼ਹਿਰ ਨੇ ਕਈ ਭੂਚਾਲ ਵੀ ਦੇਖੇ, ਕਾਫ਼ੀ ਕੁਝ ਬਣਿਆ ਅਤੇ ਕਾਫ਼ੀ ਕੁਝ ਵਿਗੜਿਆ, ਪਰ ਹੁਣ ਇੱਥੇ ਸਿਰਫ ਇੱਕ ਹੀ ਇਮਾਰਤ ਹੈ। ਇਸ ਸ਼ਹਿਰ ਨੂੰ ਇੱਕ ਛੱਤ ਵਾਲੇ ਸ਼ਹਿਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ? ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ। ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ TV।